ਬਾਬਾ ਜੀ ਦੇ ਪਿਆਰੇ ਭਗਤੋ, ਜੈ ਬਾਬੇ ਦੀ। ਸ਼ੰਕਰ ਭਗਵਾਨ ਨੂੰ ਮਿਲਣ ਦੀ ਖਾਤਰ ਜਿਸਮਾ ਧਰਮੋ ਦੇ ਘਰ ਬਾਬਾ ਜੀ ਨੇ 12 ਘੜੀਆਂ ਵਿਸ਼ਰਾਮ ਕੀਤਾ। ਕਲਯੁੱਗ ਦੇ ਵਿੱਚ ਰਤਨੋ ਮਾਤਾ ਦੇ ਰੂਪ ਦੇ ਵਿੱਚ ਆਈ ਉਸ ਮਾਂ ਦਾ ਕਰਜ਼ਾ ਉਤਾਰਨ ਵਾਸਤੇ ਬਾਬਾ ਜੀ ਘਨੇ ਘਨੇ ਜੰਗਲਾਂ 'ਚੋਂ ਲੰਘਦੇ ਹੋਏ ਸ਼ਾਹ ਤਲਾਈਆਂ ਵੱਲ ਨੂੰ ਜਾ ਰਹੇ ਨੇ, ਅਤੇ ਪਿੱਛੇ ਪਿੱਛੇ ਬਾਬਾ ਜੀ ਦਾ ਪਰਮ ਸੇਵਕ ਬਾਬਾ ਜੀ ਦਾ ਮੋਰ ਇੰਜ ਜਾ ਰਿਹਾ। ਜੈ ਸਿੱਧ ਜੋਗੀ, ਜੈ ਸਿੱਧ ਜੋਗੀ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਸ਼ਿਵ ਜੀ ਦਾ ਨਾਮ ਤੇ ਆਵੇ, ਜੋਗੀ ਸ਼ੰਭੂ ਦਾ ਨਾਮ ਤੇ ਆਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਬਾਬਾ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਸਾ ਸਾ ਨਿਧਾ ਪਾ ਧਾ ਨਿ ਸਾ ਰੇ ਗਾ ਮਾ ਪਾ ਪਾ ਗਾ ਰੇ ਨਿ ਸਾ ਪਾ ਗਾ ਰੇ ਨਿ ਸਾ ਪਾ ਮਾ ਗਾ ਰੇ ਨਿ ਸਾ ਸਾ ਨਿ ਸਾ 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 ਨਿ ਸਾ ਗਾ ਗਰ ਗਾ ਸਾ ਸਾ ਨਿ ਸਾ। ਮੋਰ ਬਾਬਾ ਜੀ ਦੀ ਜਿੰਦ ਔਰ ਜਾਨੇ, ਬਾਬਾ ਆਪ ਵੀ ਤੇ ਮੋਰ ਵੀ ਮਹਾਨੇ, ਬਾਬਾ ਆਪ ਵੀ ਤੇ ਮੋਰ ਵੀ ਮਹਾਨੇ, ਜੋ ਕੀ ਆਪ ਵੀ ਤੇ ਮੋਰ ਵੀ ਮਹਾਨੇ। ਸਾਰੇ ਵਨ ਚੋਂ ਆਵਾਜ਼ ਇਹੀ ਆਵੇ, ਸਾਰੇ ਵਨ ਚੋਂ ਆਵਾਜ਼ ਇਹੀ ਆਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੋਗੀ ਤੁਰਿਆ ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਗਰਮੀ ਤੇ ਸ਼ਿਖਰ ਦਪੈਰ ਸੀ, ਉਹਨੂੰ ਬਾਬਾ ਜੀ ਦੀ ਚੜੀ ਹੋਈ ਲਹਿਰ ਸੀ, ਉਹਨੂੰ ਬਾਬਾ ਜੀ ਦੀ ਚੜੀ ਹੋਈ ਲਹਿਰ ਸੀ, ਪੌਣਾ ਹਾਰੀ ਜੀ ਦੀ ਚੜੀ ਹੋਈ ਲਹਿਰ ਸੀ। ਪਵਨ ਦੇਵਤਾ ਵੀ ਹਵਾ ਨੂੰ ਚੁਲਾਵੇ, ਪਵਨ ਦੇਵਤਾ ਵੀ ਹਵਾ ਨੂੰ ਚੁਲਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ। ਜੰਗਲ ਵੱਲ ਜਾਵੇ, ਪਿੱਛੇ ਪਿੱਛੇ ਮੋਰ ਜਾ ਰਿਹਾ।
ਆਪਣੀ ਕਮਾਈ ਲਾ ਜਵਾਬੇ ਦੋਸ਼ੀ ਦਾ ਸੇ ਹਿਸਾਬ ਮੇ ਹਿਸਾਬੇ ਕੋਈ ਡਰਦਾ ਹਿਸਾਬ ਵੀ ਨਾ ਲਾਵੇ ਕੋਈ ਡਰਦਾ ਹਿਸਾਬ ਵੀ ਨਾ ਲਾਵੇ ਪਿੱਛੇ ਪਿੱਛੇ ਮੋਰ ਜਾ ਰਿਹਾ